ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਤੇ YouTube ਫਾਰਮਰ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ SSC ਅਤੇ EC ਫਾਰਮ ਇਹਨਾਂ ਦਵਾਈਆਂ ਬਾਰੇ ਕਿ ਜੋ ਆਪਣੀਆਂ ਸਪਰੇਹਾਂ ਦੀਆਂ ਬੋਤਲਾਂ ਦੇ ਉੱਪਰ SSC ਜਾਂ EC ਲਿਖਿਆ ਹੁੰਦਾ ਹੈ ਉਹਨਾਂ ਵਿੱਚ ਕੀ ਅੰਤਰ ਹੈ ਉਹਨਾਂ ਦਾ ਕੀ ਅਰਥ ਹੁੰਦਾ ਹੈ ਤੇ ਕਿਹੜੀ ਦਵਾਈ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਕਿਹੜੀ ਆਪਾਂ ਨੂੰ ਖਰੀਦਣੀ ਚਾਹੀਦੀ ਹੈ ਤੇ ਕਿਹੜੀ ਨਹੀਂ ਉਸ ਦੇ ਸੰਬੰਧੀ ਡਿਟੇਲ ਵਿੱਚ ਗੱਲ ਕਰਾਂਗੇ ਕਿਉਂਕਿ ਇਸ ਦੀ ਜਾਣਕਾਰੀ ਹਰੇਕ ਕਿਸਾਨ ਨੂੰ ਹੋਣੀ ਬਹੁਤ ਜ਼ਰੂਰੀ ਹੈ ਪਰ ਆਪਣੇ ਵਿੱਚ ਬਹੁਤ ਜ਼ਿਆਦਾ ਘੱਟ ਕਿਸਾਨ ਅਜਿਹੇ ਹੋਣਗੇ ਜਿਨ੍ਹਾਂ ਨੂੰ ਇਸ ਬਾਰੇ ਪਤਾ ਹੋਵੇਗਾ ਹਾਲਾਂਕਿ ਕਈ ਗਿਆਨਵਾਨ ਜਿਹੜੇ ਕਿਸਾਨ ਨੇ ਉਹਨਾਂ ਨੂੰ ਇਸ ਬਾਰੇ ਨੋਲਿਜ ਹੈਗੀ ਵੀ ਆ ਪੂਰੀ ਤਰ੍ਹਾਂ ਪਰ ਫਿਰ ਵੀ ਆਪਾਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਇਸ ਦੇ ਸਬੰਧੀ ਜਾਣਕਾਰੀ ਮਿਲ ਜਾਵੇ ਸੋ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਆਪਾਂ ਸਾਰੀ ਜਾਣਕਾਰੀ ਜਿਹੜੀ ਡਰੇਲ ਵਿੱਚ ਇਸ ਦੇ ਸਬੰਧੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸੋ ਸਭ ਤੋਂ ਪਹਿਲਾਂ ਜਿਵੇਂ ਆਪਾਂ ਇਹ ਦੇਖ ਰਹੇ ਹਾਂ ਕਿ ਇਸ ਬੋਤਲ ਦੇ ਉੱਪਰ SSC ਲਿਖਿਆ ਹੋਇਆ ਹੈ ਜੂਵੀ ਦਵਾਈ ਦਾ ਆਪਣਾ ਸੌਲਟ ਹੁੰਦਾ ਹੈ ਤਾਂ ਉਸ ਤੋਂ ਬਾਅਦ ਉਹਦੀ ਪਰਸੈਂਟੇਜ ਦੇ ਕੇ ਐਸਸੀ ਲਿਖਿਆ ਹੁੰਦਾ ਤੇ ਇਧਰ ਵਾਲੀ ਤੇ ਲਿਖਿਆ ਹੋਇਆ ਈਸੀ ਤੇ ਹੁਣ ਗੱਲ ਕਰਦੇ ਆ ਕਿ ਇਹਨਾਂ ਦੋਨਾਂ ਵਿੱਚ ਕੀ ਅੰਤਰ ਹੈ ਪਹਿਲਾਂ ਤਾਂ ਜਿਹੜੀ ਐਸਸੀ ਫਾਰਮ ਵਾਲੀ ਦਵਾਈ ਹੁੰਦੀ ਹੈ ਆਪਾਂ ਨੂੰ ਗਾੜੇ ਸਫੇਦ ਤਰਲ ਪਦਾਰਥ ਵਿੱਚ ਮਿਲਦੀ ਹੈ ਕਾਫੀ ਜ਼ਿਆਦਾ ਗਾੜੇ ਰੂਪ ਵਿੱਚ ਹੁੰਦੀ ਹੈ ਤੇ ਦੂਜੀ ਜਿਹੜੀ ਈਸੀ ਹੁੰਦੀ ਹੈ ਇਹ ਬਿਲਕੁਲ ਤਰਲ ਪਦਾਰਥ ਹੁੰਦਾ ਹੈ ਪਾਣੀ ਵਾਂਗੂ ਤੇ तकरीबन ਕਹੀ ਆਪਾਂ ਵੀ ਡੀਜ਼ਲ ਦੀ ਤਰ੍ਹਾਂ ਹੁੰਦੀ ਹੈ ਤੇ ਉਸੇ ਤਰ੍ਹਾਂ ਇਸ ਦਾ ਰੰਗ ਹੁੰਦਾ ਹੈ ਤੇ ਇਹ ਕਾਫੀ ਜ਼ਿਆਦਾ ਇਹ 스멜 ਭਰਪੂਰ ਹੁੰਦੀ ਹੈ ਤੇ ਐਸ ਸੀ ਫਾਰਮ ਵਾਲੀ ਦੀ 스멜 ਬਹੁਤ ਜ਼ਿਆਦਾ ਘੱਟ ਹੁੰਦੀ ਹੈ ਨਾ ਮਾਤਰ ਹੁੰਦੀ ਹੈ ਤੇ ਦੂਜੇ ਨੰਬਰ ਤੇ ਜਿਹੜੀ ਐਸ ਸੀ ਫਾਰਮ ਵਾਲੀ ਹੈ ਜਿਹਨੂੰ ਆਪਾਂ ਪਾਣੀ ਵਿੱਚ ਮਿਲਾਉਨੇ ਆ ਪਹਿਲਾਂ ਹੀ ਸਫੇਦ ਹੀ ਹੁੰਦੀ ਹੈ ਤਾਂ ਸਫੇਦ ਰਹਿੰਦੀ ਹੈ ਤੇ ਦੂਜੇ ਨੰਬਰ ਤੇ ਈ ਸੀ ਫਾਰਮ ਵਾਲੀ ਦਵਾਈ ਇਹ ਤੇਲ ਵਾਂਗੂ ਰੂਪ ਵਿੱਚ ਹੁੰਦੀ ਹੈ ਤੇ ਜਦੋਂ ਇਹਨੂੰ ਆਪਾਂ ਪਾਣੀ 'ਚ ਮਿਲਾ ਦਿੰਨੇ ਆ ਤੇ ਇਹ ਸਫੇਦ ਰੂਪ ਵਿੱਚ ਬਦਲ ਜਾਂਦੀ ਹੈ ਤੇ ਦਵਾਈਆਂ ਕੋਈ ਵੀ ਹੋ ਸਕਦੀਆਂ ਨੇ ਕੀਟਨਾਸ਼ਕ ਹੋ ਸਕਦੀ ਹੈ ਕੋਈ ਫੰਗੀਸਾਈਡ ਇਹ ਸਭ ਤਰ੍ਹਾਂ ਦੀਆਂ ਦਵਾਈਆਂ ਇਸ ਤੀ ਦੇ ਇਸੀ ਫਾਰਮ ਵਿੱਚ ਆਉਂਦੀਆਂ ਨੇ ਤੇ ਦੂਜੇ ਨੰਬਰ ਤੇ ਗੱਲ ਕਰ ਲੈਣੇ ਆ ਕਿ ਇਸ ਐਸਸੀ ਫਾਰਮ ਵਾਲੀ ਦਵਾਈ ਜ਼ਿਆਦਾ ਵਧੀਆ ਜਾਂ ਫਿਰ ਇਸੀ ਵਾਲੀ ਜੇਕਰ ਆਪਾਂ ਸਪਰੇਅ ਕਰਨ ਦੇ لحاظ ਤੋਂ ਦੇਖੀਏ ਤਾਂ ਐਸਟੀ ਫਾਰਮ ਵਾਲੀ ਦਵਾਈ ਆ ਉਸ ਦਾ ਅਸਰ ਸਪਰੇਅ ਕਰਨ ਵਾਲੇ ਵਿਅਕਤੀ ਦੇ ਉੱਪਰ ਬਹੁਤ ਜ਼ਿਆਦਾ ਘਟ ਰਹਿਦਾ ਹੈ ਮਤਲਬ ਨਾ ਮਾਤਰ ਕਿਸੇ ਵੀ ਤਰ੍ਹਾਂ ਇਹ ਦਵਾਈ ਵਿਅਕਤੀ ਨੂੰ ਚੜਨ ਦਾ ਖਤਰਾ ਨਹੀਂ ਰਹਿੰਦਾ ਤੇ ਦੂਜੇ ਨੰਬਰ ਤੇ ਜਿਹੜੀ ਈਸੀ ਹੁੰਦੀ ਹੈ ਉਹ ਕਾਫੀ ਜਿਆਦਾ 스ਮੈਲ ਭਰਪੂਰ ਹੁੰਦੀ ਹੈ ਤਾਂ ਉਹ ਦਵਾਈ ਕਈ ਵਾਰ ਸਪਰੇਅ ਵਾਲੇ ਵਿਅਕਤੀ ਨੂੰ ਚੜਨ ਦਾ ਖਤਰਾ ਵੀ ਰਹਿੰਦਾ ਹੈ ਜਿਸ ਤੋਂ ਬਾਅਦ ਉਹਦੀ ਸਿਹਤ ਵਿੱਚ ਵਿਗਾੜ ਵੀ ਆ ਸਕਦਾ ਹੈ ਤੇ ਦੂਜੇ ਨੰਬਰ ਤੇ ਜਿਹੜੀ ਈਸੀ ਫਾਰਮ ਵਾਲੀ ਦਵਾਈ ਹੁੰਦੀ ਹੈ ਇਹ ਜਲਣ ਵੀ ਸਰੀਰ ਉੱਪਰ ਪੈਦਾ ਕਰ ਸਕਦੀ ਹੈ ਜੇਕਰ ਸਰੀਰ ਦੇ ਉੱਪਰ ਇਹ ਦਵਾਈ ਡੁੱਲ ਜਾਂਦੀ ਹੈ ਤਾਂ ਇਸ ਦੇ ਨਾਲ ਜਿਆਦਾਤਰ ਰਹਿੰਦੇ ਨੇ ਕਿ ਸਰੀਰ ਉੱਪਰ ਜਲਣ ਵਾਂਗੂ ਜਾਂ ਫਿਰ ਖਾਜ ਵਰਗੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਤੇ ਐਸਸੀ ਫਾਰਮ ਵਾਲੀ ਦਵਾਈ ਵਿੱਚ ਜਿਹਾ ਬਹੁਤ ਘੱਟ ਹੁੰਦਾ ਹੈ ਕੋਈ ਕੋਈ ਦਵਾਈ ਹੁੰਦੀ ਹੈ ਜਿਸ ਦਾ ਜਿਹਾ ਦੇਖਣ ਨੂੰ ਮਿਲਦਾ ਪਰ ਜ਼ਿਆਦਾਤਰ ਐਸਸੀ ਫਾਰਮ ਵਾਲੀ ਦਵਾਈ ਵਿੱਚ ਜਿਹਾ ਨਹੀਂ ਹੁੰਦਾ ਸੋ ਇਹ ਤਾਂ ਹੋ ਗਿਆ ਵਿਅਕਤੀਆਂ ਦੇ ਉੱਪਰ ਅਸਰ ਤੇ ਦੂਜੇ ਨੰਬਰ ਤੇ ਗੱਲ ਕਰ ਲਈ ਕਿ ਫਸਲ ਉੱਪਰ ਅਸਰ ਦੇ ਸੰਬੰਧੀ ਜਿਹੜੀ ਐਸਸੀ ਫਾਰਮ ਵਾਲੀ ਦਵਾਈ ਹੁੰਦੀ ਹੈ ਇਸ ਦਾ ਜ਼ਿਆਦਾਤਰ ਅਸਰ ਲੰਬਾ ਹੁੰਦਾ ਹੈ ਲਗਭਗ ਵੱਖ-ਵੱਖ ਦਵਾਈਆਂ ਦਾ 10 ਤੋਂ ਲੈ ਕੇ 20 ਜਾਂ 25 ਦਿਨਾਂ ਤੱਕ ਅਸਰ ਰਹਿੰਦਾ ਹੈ ਤੇ ਦੂਜੇ ਨੰਬਰ ਤੇ ਈਸੀ ਫਾਰਮ ਵਾਲੀ ਦਵਾਈ ਹੁੰਦੀ ਹੈ ਇਹਨਾਂ ਦਾ ਅਸਰ ਜਿਹੜਾ ਲਗਭਗ ਛੋਟੇ ਮਿਆਦ ਵਾਲਾ ਹੁੰਦਾ ਹੈ ਕੁਝ ਦਿਨਾਂ ਤੱਕ ਅਸਰ ਰਹਿੰਦਾ ਹੈ ਤੇ ਈਸੀ ਫਾਰਮ ਵਾਲੀ ਦਵਾਈ ਹੈ ਜਿਹੜੀ ਬਹੁਤ ਜ਼ਿਆਦਾ ਜਲਦੀ ਤਤਕਾਲੀ ਅਸਰ ਫਸਲ ਉੱਪਰ ਆਰੰਭ ਕਰ ਦਿੰਦੀ ਹੈ ਮਤਲਬ ਅੱਜ ਆਪਾਂ ਸਪਰੇਅ ਕੀਤੀ ਤਾਂ ਅਗਲੇ 2 ਦਿਨਾਂ ਦੇ ਵਿੱਚ ਆਪਾਂ ਨੂੰ ਰਿਜ਼ਲਟ ਸਾਹਮਣੇ ਆਉਣ ਲੱਗ ਜਾਂਦਾ ਹੈ ਤੇ ਜਿਹੜਾ ਕੀਟਨਾਸ਼ਕ ਹੁੰਦੇ ਨੇ ਤਾਂ ਉਹ ਤਾਂ ਤੁਰੰਤ ਹੀ ਇਹਦੇ ਉੱਪਰ ਅਸਰ ਦੇ ਜਾਂਦੇ ਨੇ ਤੇ ਉਸ ਤੋਂ ਬਿਨਾ ਜਿਹੜੀ ਐਸਸੀ ਫਾਰਮ ਵਾਲੀ ਦਵਾਈ ਆ ਉਸ ਦਾ ਅਸਰ ਥੋੜਾ ਜਿਹਾ ਹੌਲੀ ਹੁੰਦਾ ਹੈ ਕੁਝ ਦਿਨ ਲੱਗਦੇ ਨੇ ਪਰ ਜਿਆਦਾ ਲੰਬੇ ਸਮੇਂ ਤੱਕ ਅਸਰ ਰਹਿੰਦਾ ਹੈ ਤੇ ਇਸ ਤਰ੍ਹਾਂ ਜਿਹੜੀ ਈਸੀ ਫਾਰਮ ਵਾਲੀ ਦਵਾਈ ਆ ਤਾਂ ਈਸੀ ਫਾਰਮ ਵਾਲੀ ਦਵਾਈ ਨੂੰ ਆਪਾਂ ਮੌਸਮ ਅਨੁਕੂਲ ਦੇਖ ਕੇ ਕਰਨਾ ਪੈਂਦਾ ਇਸ ਨੂੰ ਆਪਾਂ ਸਵੇਰ ਦੇ ਸਮੇਂ ਜਾਂ ਫਿਰ ਸ਼ਾਮ ਦੇ ਸਮੇਂ ਕਰ ਸਕਦੇ ਆ ਦੁਪਹਿਰ ਦੇ ਸਮੇਂ ਇਹ ਦਵਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਸਪਰੇਅ ਕਰਨ ਵਾਲੇ ਵਿਅਕਤੀ ਨੂੰ ਨੁਕਸਾਨ ਹੋਣ ਦਾ ਖਤਰਾ ਰਹਿੰਦਾ ਹੈ ਤੇ ਦੂਜੇ ਨੰਬਰ ਤੇ ਇਸ ਦਾ ਧੁੱਪ ਵਿੱਚ ਥੋੜਾ ਜਿਹਾ ਅਸਰ ਵੀ ਘੱਟ ਦਿਖਦਾ ਹੈ ਸੋ ਆਪਾਂ ਸਵੇਰ ਤੇ ਸ਼ਾਮ ਇਸ ਈਸੀ ਫਾਰਮ ਵਾਲੀ ਦਵਾਈ ਨੂੰ ਜੇਕਰ ਵਰਤਾਂਗੇ ਤਾਂ ਜ਼ਿਆਦਾ ਲਾਭ ਮਿਲੂਗਾ ਤੇ ਦੂਜੇ ਨੰਬਰ ਤੇ ਐਸਸੀ ਫਾਰਮ ਵਾਲੀ ਦਵਾਈ ਆ ਇਸ ਨੂੰ ਆਪਾਂ ਕਿਸੇ ਵੀ ਸਮੇਂ ਕਰ ਸਕਦੇ ਆ ਇਹਦਾ ਕੋਈ ਜ਼ਿਆਦਾ ਬੁਰਾ ਪ੍ਰਭਾਵ ਨਹੀਂ ਪੈਂਦਾ ਤੇ ਦੂਜਾ ਜੇਕਰ ਮੌਸਮ ਵਿੱਚ ਬਦਲਵਾਈ ਹੈ ਤਾਂ ਆਪਾਂ ਏਸੀ ਫਾਰਮ ਵਾਲੀ ਦਵਾਈ ਕਰ ਸਕਦੇ ਆ ਆਪਾਂ ਨੂੰ ਪੂਰਾ ਰਿਜ਼ਲਟ ਦੇ ਜਾਂਦੀ ਹੈ ਤੇ ਜੇ ਬਦਲਵਾਈ ਹੈ ਤਾਂ ਈਸੀ ਫਾਰਮ ਵਾਲੀ ਦਵਾਈ ਦਾ ਅਸਰ ਘਟ ਜਾਂਦਾ ਹੈ ਕਿਉਂਕਿ ਇਸ ਨੂੰ ਸਪਰੇਅ ਕਰੀ ਤੋਂ ਬਾਅਦ ਮੌਸਮ ਖੁਸ਼ਕ ਅਤੇ ਥੋੜਾ ਜਿਹਾ ਧੁੱਪ ਵਾਲਾ ਚਾਹੀਦਾ ਹੁੰਦਾ ਤਾਂ ਜੋ ਵੀ ਆਪਣਾ ਪੂਰੀ ਤਰ੍ਹਾਂ ਅਸਰ ਫਸਲ ਉੱਪਰ ਕਰ ਸਕੇ ਤੇ ਜੇਕਰ ਆਪਾਂ ਰੇਟ ਦੀ ਗੱਲ ਕਰੀਏ ਤਾਂ ਏਸੀ ਫਾਰਮ ਵਾਲੀ ਦਵਾਈ ਹੁੰਦੀ ਹੈ ਇਸ ਦਾ ਥੋੜਾ ਜਿਹਾ ਪ੍ਰਾਈਸ ਥੋੜਾ ਜਿਹਾ ਜ਼ਿਆਦਾ ਹੁੰਦਾ ਹੈ ਈਸੀ ਫਾਰਮਟ ਵਾਲੀ ਦੇ ਮੁਕਾਬਲੇ ਕਿਉਂਕਿ ਇਸ ਦਾ ਰਿਜ਼ਲਟ ਵੀ ਲੰਬੇ ਸਮੇਂ ਤੱਕ ਰਹਿੰਦਾ ਹੈ ਤੇ ਇਸ ਹੀ ਫਾਰਮ ਵਾਲੀ ਦਵਾਈ ਆਪਾਂ ਨੂੰ ਥੋੜੀ ਜੀ ਸਸਤੀ ਪੈਂਦੀ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਸਾਨਾਂ ਨੂੰ ਕਿਹੜੀ ਸਪਰੇਅ ਖਰੀਦਣੀ ਚਾਹੀਦੀ ਹੈ ਕਿਹੜੀ ਨਹੀਂ ਜੇਕਰ ਤੁਸੀਂ ਲੰਬੇ ਅਸਰ ਤੱਕ ਲਈ ਸਪਰੇਅ ਕਰਨੀ ਹੈ ਜਿਵੇਂ ਆਪਾਂ ਫੰਗੀ ਸਾਈਡ ਹੋ ਗਿਆ ਜਾਂ ਫਿਰ ਕੋਈ ਲੰਬੇ ਸਮੇਂ ਲਈ ਇਨਸੈਕਟੀਸਾਈਡ ਕਰਨੀ ਹੈ ਜਿਵੇਂ ਝੋਨੇ ਤੇ ਹੋ ਗਈ ਤੇਲਾ ਵਗੈਰਾ ਜਾਂ ਫਿਰ ਸੁੰਡੀ ਵਗੈਰਾ ਤਾਂ ਉਹ ਆਪਾਂ ਈਸੀ ਫਾਰਮ ਵਾਲੀ ਦਵਾਈ ਕਰ ਸਕਦੇ ਹਾਂ ਤੇ ਜੇ ਆਪਾਂ ਨੂੰ ਤਤਕਾਲੀ ਰਿਜ਼ਲਟ ਚਾਹੀਦੇ ਨੇ ਕਿ ਆਪਾਂ ਨੂੰ ਮਤਲਬ ਕੋਈ ਅਜਿਹਾ ਹੀ ਕੋਈ ਕੀਟ ਪੈਦਾ ਹੋ ਗਏ ਆਪਣੇ ਕਿਸੇ ਫਸਲ ਵਿੱਚ ਕਿ ਉਹਨਾਂ ਨੂੰ ਆਪਾਂ ਤੁਰੰਤ ਮਾਰ ਦੇਣਾ ਹੈ ਤੇ ਉਸ ਤੋਂ ਬਾਅਦ ਆਪਾਂ ਨੂੰ ਉਸ ਦੀ ਜ਼ਰੂਰਤ ਨਹੀਂ ਪੈਂਦੀ ਮਤਲਬ ਕਿ ਉਹ ਦੁਬਾਰਾ ਪੈਦਾ ਨਹੀਂ ਹੋ ਸਕਦੇ ਤਾਂ ਉਸ ਦੇ ਲਈ ਆਪਾਂ ਜਿਹੜੀ ਐਸਸੀ ਫਾਰਮ ਵਾਲੀ ਦਵਾਈ ਕਰ ਸਕਦੇ ਹਾਂ ਉਦਾਹਰਨ ਦੇ ਰੂਪ ਵਿੱਚ ਜਿਵੇਂ ਝੋਨੇ ਦੇ ਵਿੱਚ ਆਪਣੇ ਛੁੰਡੀ ਵਗੈਰਾ ਪੈਂਦੀ ਹੈ ਤਾਂ ਉਹ ਲੰਬਾ ਸਮਾਂ ਤੱਕ ਪੈਂਦੀ ਹੈ ਤਾਂ ਉਸ ਦੇ ਲਈ ਆਪਾਂ ਐਸਸੀ ਫਾਰਮ ਵਾਲੀਆਂ ਹੀ ਦਵਾਈਆਂ ਹੀ ਜ਼ਿਆਦਾ ਵਰਤਦੇ ਹਾਂ ਕਿਉਂਕਿ ਉਹ ਲੰਬਾ ਸਮਾਂ ਤੱਕ ਅਸਰ ਰੱਖ ਸਕਦੀ ਹੈ ਸੂਏ ਹਨ ਐਸਸੀ ਅਤੇ ਈਸੀ ਫਾਰਮ ਵਾਲੀਆਂ ਦਵਾਈਆਂ ਦੇ ਵਿੱਚ ਕੋਈ ਅੰਤਰ ਉਹਨਾਂ ਦਾ ਕੁਝ ਵਰਨਣ ਉਮੀਦ ਹੈ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਦਵਾਈਆਂ ਦੇ ਇਸੇ ਤਰ੍ਹਾਂ ਹੋਰ ਵੀ ਕਈ ਫਾਰਮ ਵਿੱਚ ਆਉਂਦੀਆਂ ਨੇ ਡਬਲਯੂਜੀ ਫਾਰਮ ਵਿੱਚ ਆਉਂਦੀ ਹੈ ਜਾਂ ਫਿਰ ਕਈ ਹੋਰ ਫਾਰਮ ਵਿੱਚ ਆਉਂਦੀਆਂ ਉਹਨਾਂ ਦੀ ਵੀ ਜਾਣਕਾਰੀ ਆਪਾਂ ਜਲਦੀ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਤੇ ਉਸ ਦੇ ਲਈ ਆਪਣੇ ਚੈਨਲ YouTube ਫਾਰਮ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰਨਾ ਤਾਂ ਜੋ ਜਾਣਕਾਰੀ ਸਮੇਂ-ਸਮੇਂ ਤੇ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਹੁਣ ਇਜਾਜ਼ਤ ਦਿਓ ਧੰਨਵਾਦ ਜੀ